ਜੀ ਜੈ ਕਾਲਾ ਵਾਹ ਜੋ ਕੁਝ ਖਾਣ ਨੂੰ ਦਿਲ ਕਰਦਾ ਸਿਰ ਵਿੱਚ ਸੀ ਕੈਂਸਰ ਦਾ ਫੋੜਾ ਸੀ ਲੁਕ ਜਾਣ ਨੂੰ ਦਿਲ ਕਰਦਾ ਕਾਰ ਚੋਂ ਨਿਕਲ ਕੇ ਗੱਡੀ ਥੱਲੇ ਹੈ ਸੀ ਆਉਣ ਨੂੰ ਦਿਲ ਕਰਦਾ ਪਰ ਅੰਮ੍ਰਿਤਸਰ ਸਾਹਿਬ ਜਾ ਜਾ ਕੇ ਸਰੋਵਰ ਵਿੱਚ ਟੁੱਬੀਆਂ ਲਾ ਲਾ ਕੇ ਇੰਨਾ ਠੀਕ ਹੋ ਗਿਆ ਦਿਲ ਪਰ ਹੁਣ ਵਿਆਹ ਕਰਾਉਣ ਸਾਧ ਸੰਤ ਸੰਨਿਆਸੀ ਕਿਉਂ ਕਰਨ ਪੈਸੇ ਨਾ ਪਿਆਰ ਸਾਧ ਸੰਤ ਸੰਨਿਆਸੀ ਕਿਉਂ ਕਰਨ ਕੁਝ ਲੋਕ ਬੇਟੀ ਦੀ ਸਹੇਲੀ ਨਾ ਅਯਾਸ਼ੀ ਕਿਉਂ ਕਰਨ ਰੱਬ ਜੀ ਤੁਸੀਂ ਵੀ ਐਸੇ ਹੀ ਹੋ ਗਏ ਜੇ ਹੋਏ ਤਾਂ ਰੱਬ ਜੀ ਤੁਸੀਂ ਵੀ ਐਸੇ ਹੀ ਹੋਵੋਗੇ ਜੇ ਹੋਏ ਤਾਂ ਜੇ ਖੁਦ ਸ਼ਰੀਫ ਹੋਵੋ ਲੋਕ ਬਦਮਾਸ਼ੀ ਕਿਉਂ ਕਰਨ ਦੁਬਾਰਾ ਰੱਬ ਨੂੰ ਉਲਾਮਾ ਮਾਰੇ ਹਰੀ ਸਿੰਘ ਦੇ ਬਾਰੇ ਤੁਸੀਂ ਲੋਕ ਬਦਮਾਸ਼ੀ ਕਿਉਂ ਕਰਨ ਕਰੇ ਕਰਾਵੇ ਆਪੇ ਆਪ ਇਹ ਸੰਦੇਸ਼ ਵੀ ਮਿਲੀ ਜਾਂਦਾ ਹਜ਼ੂਰ ਕਰੇ ਕਰਾਵੇ ਆਪੇ ਆਪ ਇਹ ਸੰਦੇਸ਼ ਵੀ ਮਿਲੀ ਜਾਂਦਾ ਕਹਿਣ ਤੇਰੇ ਹੁਕਮ ਬਿਨ ਪੱਤਾ ਨੀ ਹਿੱਲਦਾ ਇੱਥੇ ਸਭ ਕੁਝ ਹਿੱਲੀ ਨਵੇਂ ਛਿੱਕੇ ਹੈ ਸਾਰੇ ਬਹੁਤ ਕਾਲਾ ਛਿੱਕੇ ਲੈ ਕੇ ਆਏ ਹੋ ਸਾਡੇ ਕਵੀ ਦਰਬਾਰ ਹਾਂਜੀ ਹਾਂ ਹਾਂਜੀ ਕੋਈ ਨੀ ਪਰਚੀ ਅਲਾਊਡ ਹੈ ਇਸ ਇਮਤਿਹਾਨ ਕੋਈ ਸੁਪਰਡੈਂਟ ਨੀ ਪਹਿਲੇ ਨਵੇਂ ਸੁਣਾਏ ਸਨ ਹੁਣ ਲਾਲ ਕਿਲੇ ਬੋਲਣ ਵਾਲੇ ਜਿਹੜੇ ਉਹ ਸੁਣਾ ਰਹੇ ਆ ਕੁਝ ਮੇਰੀ ਜ਼ਿੰਦਗੀ ਨਾਲ ਰੱਬ ਵੀ ਬੜਾ ਮਜ਼ਾਕ ਕਰਾਇਆ ਵਰਮਾ ਸਾਹਿਬ ਮੇਰੀ ਜ਼ਿੰਦਗੀ ਨਾਲ ਰੱਬ ਵੀ ਬੜਾ ਮਜ਼ਾਕ ਕਰਾਇਆ ਦਸਾਂ ਦਿਸ਼ਾਵਾਂ ਮੇਰੇ ਪੱਲੇ ਘਾਟਾ ਹੀ ਘਾਟਾ ਪਾਇਆ ਇੱਕ ਫਿਲਮ ਵਿੱਚ ਕੁੜੀ ਮੁੰਡੇ ਇੱਕ ਫਿਲਮ ਵਿੱਚ ਕੁੜੀ ਮੁੰਡੇ ਦਾ ਮੈਨੂੰ ਬਾਪ ਬਣਾਇਆ ਇੱਕ ਫਿਲਮ ਵਿੱਚ ਕੁੜੀ ਮੁੰਡੇ ਦਾ ਮੈਨੂੰ ਬਾਪ ਬਣਾਇਆ ਉਹਨਾਂ ਦੀ ਰਾਖੀ ਲਈ ਗੁੰਡਿਆਂ ਤੋਂ ਮੈਂ ਸਿਰ ਪੜਵਾਇਆ ਪਰ ਫਿਲਮ ਵਾਲਿਆ ਮਾਲਕਾਂ ਦੀ ਦਿਲਬਰ ਦੇਖੋ ਚਤੁਰਾਈ ਫਿਲਮ ਵਾਲਿਆ ਮਾਲਕਾਂ ਦੀ ਦਿਲਬਰ ਦੇਖੋ ਚਤੁਰਾਈ ਸਾਰੀ ਫਿਲਮ ਚ ਕੁੜੀ ਮੁੰਡੇ ਦੀ ਮਾਂ ਨਹੀਂ ਮੈਨੂੰ ਦੁਖਾਇਆ ਹਾਂਜੀ ਹਾਂਜੀ
ਅੰਗਰੇਜ਼ੀ ਦੀ ਮਾਂ ਇੰਗਲੈਂਡ, ਛੋਟੀ ਬਹਿਣ ਦਾ ਚੋਕਾ ਕਰੇ। ਅੰਗਰੇਜ਼ੀ ਦੀ ਮਾਂ ਇੰਗਲੈਂਡ, ਲਵ ਮੈਰਿਜ ਹੈ ਬੜੀ ਗ੍ਰੈਂਡ। ਬਾਈ ਜੀ, ਅੰਗਰੇਜ਼ ਦੀ ਮਾਂ ਇੰਗਲੈਂਡ, ਲਵ ਮੈਰਿਜ ਹੈ ਬੜੀ ਗ੍ਰੈਂਡ, ਦੋ ਵਾਰੀ ਵੀ ਸੈਕਿੰਡ ਹੈਂਡ, ਸੌ ਵਾਰੀ ਵੀ ਸੈਕਿੰਡ ਹੈਂਡ। ਇਸੇ ਖਿਆਲ ਚੋਕਾਜ਼ ਕਰ ਰਿਹਾ ਕਿੰਨੀ ਸ਼੍ਰੀ ਮੁਦਰਾ ਤੇਰੇ ਹੱਥਾਂ ਚ ਪਿੱਪਲ ਦੀ ਪੀਪਣੀ ਨੀ, ਨਹੀਂ ਤੇਰੇ ਹੱਥਾਂ ਚ ਪਿੱਪਲ ਦੀ ਪੀਪਣੀ ਨੀ ਵੱਜੇ ਇਸ ਤਰ੍ਹਾਂ ਜਿਸ ਤਰ੍ਹਾਂ ਬੈਂਡ ਹੋਵੇ, ਤੇਰੇ ਹੱਥਾਂ ਚ ਪਿੱਪਲ ਦੀ ਪੀਪਣੀ ਵੀ ਵੱਜੇ ਇਸ ਤਰ੍ਹਾਂ ਜਿਸ ਤਰ੍ਹਾਂ ਬੈਂਡ ਹੋਵੇ, ਨੀ ਜੇ ਤੂੰ ਨਾਲ ਹੋਵੇ ਘਰ ਦਾ ਕੱਚਾ ਕੋਠਾ ਲੱਗੇ ਇਸ ਤਰ੍ਹਾਂ ਜਿੱਦਾਂ ਇੰਗਲੈਂਡ ਹੋਵੇ। ਪੂਰੀ ਕੀ ਕਹਿੰਦੀ ਹੈ ਇਹ ਚੌਕੇ ਚ ਵੀ ਦੁਕਾਨਾਂ ਦੀ ਲੱਗੇ ਜਿਸ ਤਰ੍ਹਾਂ ਜਿੱਦਾਂ ਇੰਗਲੈਂਡ ਹੋਵੇ, ਵੇ ਦੇਸੀ ਚੀਜ਼ਾਂ ਨੂੰ ਛੱਡ ਕੇ ਦੇਸ ਅੰਦਰ, ਵੇ ਦੇਸੀ ਚੀਜ਼ਾਂ ਨੂੰ ਛੱਡ ਕੇ ਦੇਸ਼ ਅੰਦਰ ਕੀ ਕੱਢੇਗਾ ਵੜੀਆਂ ਵਲੈਤਾਂ ਵਿੱਚੋਂ, ਦੇਸੀ ਚੀਜ਼ਾਂ ਨੂੰ ਛੱਡ ਕੇ ਦੇਸ਼ ਅੰਦਰ ਕੀ ਕੱਢੇਗਾ ਵੜੀਆਂ ਵਲੈਤਾਂ ਵਿੱਚੋਂ, ਚੀਜ਼ ਆਪਣੀ ਆਪਣੀ ਚੀਜ਼ ਹੁੰਦੀ ਭਾਵੇਂ ਸੌ ਵਾਰੀ ਸੈਕਿੰਡ ਹੈਂਡ ਹੋਵੇ। ਕਿਆ ਬਾਤ, ਜਿੰਨੀ ਤਾਂ ਸੀ ਉਨੀ ਉਠਾਂ ਨਿਕਲੀ, ਜਿੰਨੀ ਤਾਂ ਸੀ ਉਨੀ ਉਠਾਂ ਨਿਕਲੀ, ਸਾਡੇ ਨਾਲੋਂ ਵੀ ਬੜੀ ਉਹ ਗਾਂ ਨਿਕਲੀ, ਸੌ ਨਾਂ ਵਰਗੀ ਇੱਕੋ ਹਾਂ ਨਿਕਲੀ, ਤੱਤੀ ਧੁੱਪ ਦੇ ਨਾਲੋਂ ਵੀ ਛਾਂ ਨਿਕਲੀ, ਬੇੜਾ ਗਰਕ ਹੋ ਜਾਏ ਬਿਊਟੀ ਪਾਰਲਰ ਦਾ, ਸਮਝੇ ਕੁੜੀ ਉਹ ਕੁੜੀ ਦੀ ਮਾਂ। ਅਸੀਂ ਸੜਕ ਸਮਝੇ ਉਹ ਪਗਡੰਡੀ ਨਿਕਲੀ, ਅਸੀਂ ਪਾਰਕ ਸਮਝੇ ਉਹ ਸਬਜ਼ੀ ਮੰਡੀ ਨਿਕਲੀ, ਆਖ ਇਸ਼ਕ ਦੀ ਦਿਲੋਂ ਘਮੰਡੀ ਨਿਕਲੀ, ਨਜ਼ਰ ਉਮਰ ਨਾ ਹੋਈ ਹੋਈ ਠੰਡੀ ਨਿਕਲੀ, ਚੁੰਨੀ ਸਮਝ ਕੇ ਮੈਂ ਸਾਈਕਲ ਤੇਜ਼ ਕੀਤਾ, ਸਾਲੀ PWD ਦੀ ਚੰਗੀ। ਭਰੂਣ ਹੱਤਿਆ ਬਹੁਤ ਹੋ ਰਹੀ ਹੈ, ਪਤਾ ਵੀ ਨਹੀਂ ਜਾ ਰਹੀ ਹੈ, ਪਰ ਇੱਕ ਲੜਕੀ ਦੀ ਅਭਿਲਾਸ਼ਾ ਹੈ, ਉਹ ਕਹਿੰਦੀ ਹੈ ਰੱਬਾ ਜੇ ਮੈਨੂੰ ਜਨਮ ਦੇਵੇ
ਤਾਂ ਫਿਰ ਇੱਥੇ ਹੀ ਦੇਣੀ, ਪਤਾ ਨੀ ਉਹਨੂੰ ਇਸ ਮੁਲਕ ਚ ਕੀ ਦਿਸਦਾ। ਮੈਨੂੰ ਕੁੜੀ ਬਣਾਈ, ਕੁੜੀ ਪਿਆਰ ਦੀ ਪੂਰੀ ਬਣਾਈ, ਜਿਹਦੇ ਨਾਲ ਵਿਆਹ ਕਰਾਵਾਂ, ਹਫਤੇ ਪਿੱਛੋਂ ਝਗੜਾ ਪਾਵਾਂ, ਜਿਹਦੇ ਨਾਲ ਵਿਆਹ ਕਰਾਵਾਂ, ਹਫਤੇ ਪਿੱਛੋਂ ਝਗੜਾ ਪਾਵਾਂ, ਨਾਵਾਂ ਲਵਾਂ ਤੇ ਰਾਜ਼ੀ ਨਾ ਵਾਂ, ਫਿਰ ਦੂਜੇ ਦਾ ਘਰ ਵਸਾਵਾਂ। ਨਾਵਾਂ ਲਵਾਂ ਤੇ ਰਾਜ਼ੀ ਨਾ ਵਾਂ, ਫਿਰ ਦੂਜੇ ਦਾ ਘਰ ਵਸਾਵਾਂ, ਤੇ ਉਹਨੂੰ ਗੀਤ ਸੁਣਾਵਾਂ, ਕਬੂਤਰ ਜਾ ਜਾ, ਤੇ ਉਹਨੂੰ ਇਹ ਗੀਤ ਸੁਣਾਵਾਂ, ਕਬੂਤਰ ਜਾ ਜਾ ਜਾ, ਪਹਿਲੇ ਪਿਆਰ ਦੀ ਦੂਜੀ ਚਿੱਠੀ ਤੀਜੇ ਨੂੰ ਦੇ। ਇਸੇ ਨਸਲ ਦਾ ਇੱਕ ਹੋਰ, ਇੱਕ ਕਬੂਤਰ ਤੇ ਕਬੂਤਰੀ ਰੋਜ਼ ਹੀ ਜਾਂਦੇ ਆ, ਅਸੀਂ ਵੀ ਦਾਣਾ ਪਾਉਣ ਲੱਗ ਪਏ, ਦਾਣਾ ਜਾਂਦੇ ਖਾ, ਦਾਣਾ ਜਾਂਦੇ ਖਾ, ਦੋ ਦੋ ਘੰਟੇ ਲਾਉਂਦੇ ਇੱਕ ਦੂਜੇ ਦੀ ਚੁੰਝ ਨਾਲ ਹੀ ਚੁੰਝ ਮਲਾਉਂਦੇ। ਮੇਰੀ ਪਤਨੀ ਬੋਲੀ, ਇਹਨੂੰ ਵੱਧ ਕੀ ਸਵਰਗ ਹੋਏਗਾ ਹੋਰ। ਮੈਂ ਆਖਿਆ ਚੱਲੀਏ, ਤੇਰੀ ਨਜ਼ਰ ਕਮਜ਼ੋਰ। ਉਹ ਕਹਿੰਦੀ ਕਿਉਂ, ਮੈਂ ਦੱਸਿਆ ਇਹਨੇ ਦੋਵੇਂ ਚੋਰ, ਕੱਲ ਕਬੂਤਰੀ ਹੋਰ ਸੀ, ਅੱਜ ਕਬੂਤਰ ਹੋਰ।